ਤਸਰਾ ਜਿਹੜਾ ਅੱਜ ਦੇ ਦਿਨਾਂ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਸਾਡੇ ਦਿਲਾਂ ਤੇ ਜਿਸ ਨੇ ਬਹੁਤ ਅਸਰ ਛੱਡਿਆ ਹੋਇਆ ਉਹ ਹੈਗਾ ਕਗਰ ਦਰਿਆ ਕਗਰ ਦਰਿਆ 나ਡਾ ਸਾਭ ਤੋਂ ਸਟਾਰਟ ਹੁੰਦਾ ਹਰਿਆਣੇ ਚ ਉਹਦੇ ਵਿੱਚ 나ਡਾ ਸਾਭ ਤੋਂ ਵੀ ਉੱਪਰ ਅੰਬ ਸਾਭ ਕਈ ਥਾਵਾਂ ਨੇ ਅਲੱਗ-ਅਲੱਗ ਟ੍ਰਿਬਿਊਟਰੀਜ਼ ਦੇ ਵਿੱਚੋਂ ਇਹ ਪਾਣੀ ਇਕੱਠਾ ਹੁੰਦਾ ਹੈ ਇਹ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਚੰਡੀਗੜ੍ਹ ਡੇਹਰਾ ਬੱਸੀ ਰੋਡ ਹੈ ਭੰਖਰਪੁਰ ਰੋਡ ਨੂੰ ਨਾਮ ਕਹਿੰਦੇ ਨੇ ਉਸ ਪੁਲ ਦੇ ਉੱਤੋਂ ਪੰਜਾਬ ਚ ਐਂਟਰ ਕਰਦਾ ਹੈ ਉਹਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਇਹਦੇ ਵਿੱਚ ਸੁਖਣਾ ਚੋ ਵੀ ਐਡ ਹੁੰਦੀ ਹੈ ਪਿੱਛੇ ਖਬਰਾਂ ਦੇ ਵਿੱਚ ਇਹ ਬਹੁਤ ਰੇ ਜੀ ਲੇਕ ਦੇ ਗੇਟ ਖੁੱਲ ਗਏ ਲੇਕ ਦੇ ਗੇਟ ਖੁੱਲੇ ਗਏ ਲੇਕ ਦੇ ਵਿੱਚ ਵੀ ਪਾਣੀ ਜਿਵੇਂ ਮੈਂ ਪਹਿਲਾਂ ਸਟਾਰਟ ਕੀਤਾ ਸੀਗਾ ਵੀ ਚੰਡੀ ਜਿਹੜੇ ਪੰਜਾਬ ਦੀ ਜਿਹੜੀ ਹੱਦ ਹੈ ਉਹ ਹਿਮਾਚਲ ਦੇ ਨਾਲ ਲੱਗਦੀ ਹੈ ਹਿਮਾਚਲ ਦੇ ਵਿੱਚ ਜਿਹੜੀਆਂ بارشਾਂ ਪਈਆਂ ਨੇ ਜਾਂ ਕਲਾਊਡ ਬਰਸਟ ਹੋਏ ਨੇ ਉਹਦਾ ਇਫੈਕਟ ਜੇ ਉੱਪਰ ਰੋਪੜ ਦੇ ਹੈਡਸ ਅਪਸਟ੍ਰੀਮ ਦੇ ਉੱਤੇ ਜਿਹੜੀਆਂ ਖੱਡਾਂ ਦੇ ਨਾਲ ਆਇਆ ਤੋ نیچے ਵੀ ਆਇਆ ਉਹ ਲੇਕ ਦੇ ਵਿੱਚ ਵੀ ਪਾਣੀ ਗਿਰਿਆ ਹੁਣ ਲੇਕ ਦੀ ਇੱਕ ਕਪੈਸਿਟੀ ਹੈ ਇੱਕ ਲੈਵਲ ਤੋਂ ਬਾਅਦ ਆਬਵੀਅਸ ਹੈ ਲੇਖ ਦੇ ਗੇਟ ਵੀ ਐਡਮਿਨਿਸਟ੍ਰੇਸ਼ਨ ਯੂਟੀ ਐਡਮਿਨਿਸਟ੍ਰੇਸ਼ਨ ਦੇ ਕੰਟਰੋਲ ਚ ਆਉ ਉਹਨਾਂ ਵੱਲੋਂ ਉਹ ਗੇਟ ਆਪਰੇਟ ਕੀਤੇ ਗਏ ਨੇ ਉਹ ਪਾਣੀ ਵੀ ਐਡ ਹੋਣ ਹੋ ਗਿਆ ਆਲਰੇਡੀ ਘੱਗਰ ਦਾ ਪਾਣੀ ਪਹਿਲਾਂ ਫਲੈਸ਼ ਫਲੱਡ ਦੇ ਨਾਲ ਚੱਲ ਰਿਹਾ ਸੀਗਾ ਉਹਦੇ ਨਾਲ ਪਾਣੀ ਵੱਧ ਗਿਆ ਹਰਿਆਣੇ ਵੱਲੋਂ ਕਸ਼ਲਿਆ ਡੈਮ ਵੀ ਬਣਾਇਆ ਹੋਇਆ ਹੈ ਮੇਰੀ ਸਮਝ ਮੁਤਾਬਿਕ ਉਥੋਂ ਵੀ ਸ਼ਾਇਦ 30000 ਪਾਣੀ ਉਹ ਵੀ ਛੜਦਾ ਜੇ ਤੁਸੀਂ ਸਾਰਾ ਪਾਣੀ ਐਡ ਕਰੋ ਤਾਂ ਮੈਨੂੰ ਇਹ ਪਤਾ ਲੱਗਿਆ ਵੀ 13 ਫੁੱਟ ਹਾਈ ਫਲੱਡ ਲੈਵਲ ਨੂੰ ਕ੍ਰਾਸ ਕਰਕੇ 16 ਫੁੱਟ ਪਾਣੀ ਪਹੁੰਚ ਗਿਆ ਇਹਦਾ ਮਤਲਬ ਪਾਣੀ ਆਪਣੀ ਹੱਦਾਂ ਪਾਰ ਕਰ ਗਿਆ ਇਹਨੂੰ ਕੁਦਰਤੀ ਆਫਤ ਦਾ ਨਾਮ ਐਵੇਂ ਨਹੀਂ ਦਿੱਤਾ ਜਾ ਰਿਹਾ ਸਾਰਿਆਂ ਨੂੰ ਡਾਟੇ ਦਿਖ ਰਹੇ ਨੇ ਸਾਰੇ ਮੌਕੇ ਤੇ ਜ਼ਿੰਮੇਵਾਰ ਭਰਾ ਸਾਰੇ ਉੱਥੇ ਖੜੇ ਨੇ ਮੈਂ ਕਿਹਾ ਉੱਥੇ ਖੜਾ ਪ੍ਰਸ਼ਾਸਨ ਉੱਥੇ ਖੜਾ ਹੈ ਇਹ ਪਾਣੀ ਜਦੋਂ ਲੰਘਦਾ ਤਾਂ ਇਹ ਤਬਾਹੀ ਮਚਾਉਂਦਾ ਜਾਂਦਾ ਹੈ ਸਭ ਤੋਂ ਪਹਿਲਾਂ ਇਹਨੇ ਬਰੀਚ ਕੀਤਾ ਬਾਦਸ਼ਾਪੁਰ ਚ ਪਾਤਣਾ ਦੇ ਕੋਲ 2019 ਦੇ ਵਿੱਚ ਵੀ ਇੱਥੇ ਪਾਣੀ ਉਛਲਿਆ ਸੀਗਾ ਅੱਛਾ ਜੀ ਘੱਗਰ ਦੇ ਆਲੇ ਦੁਆਲੇ ਬੰਨ ਵੀ ਬਣੇ ਹੋਏ ਨੇ ਕੁਝ ਰੀਚ ਦੇ ਵਿੱਚ ਜਾ ਕੇ ਇਸ ਨੂੰ ਮਾਰਜਨਲ ਬੰਦ ਵੀ ਕਹਿੰਦੇ ਨੇ ਮਾਰਜਨਲ ਬੰਦ ਦਾ ਮਤਲਬ ਹੁੰਦਾ ਥੋੜੀ ਦੂਰੀ ਤੇ ਜਾ ਕੇ ਪ੍ਰੋਟੈਕਸ਼ਨ ਲਈ ਆਬਾਦੀਆਂ ਨੂੰ ਬਚਾਉਣ ਦੇ ਲਈ ਪਿੰਡਾਂ ਨੂੰ ਬਚਾਉਣ ਦੇ ਲਈ ਬੰਨ ਬਣੇ ਹੋਏ ਨੇ ਇਹਨਾਂ ਵਿੱਚੋਂ ਕੋਈ ਬੰਨ ਬਰੀਚ ਨਹੀਂ ਹੋਇਆ ਇਹ ਹਾਲੇ ਮੈਂ ਖਨੌਰੀ ਤੋਂ ਉੱਪਰ ਦੀ ਗੱਲ ਕਰ ਰਿਹਾ ਪਰ ਘੱਗਰ ਜਦੋਂ ਕਰਵ ਲੈਂਦਾ ਜਦੋਂ ਘੱਗਰ ਮੁੜਦਾ ਉਹ ਬਾਦਸ਼ਾਹਪੁਰ ਦੇ ਕੋਲ ਆ ਕੇ ਮੁੜ ਕੇ ਉਹਨੇ ਖਨੌਰੀ ਚ ਵੜਨਾ 2019 ਦੇ ਵਿੱਚ ਵੀ ਉੱਥੋਂ ਪਾਣੀ ਉਛਲ ਗਿਆ ਸੀਗਾ ਔਰ ਅੱਤ ਕੀ ਫੇਰ ਦੁਬਾਰਾ ਉਛਲਿਆ ਘੱਗਰ ਦੀ ਅਗਰ ਟੋਪੋਗ੍ਰਾਫੀ ਦੇਖੋ ਤਾਂ ਉਸ ਨੇ ਜਦੋਂ ਖਨੌਰੀ ਐਕਵਾਡਕਟ ਦੇ ਵਿੱਚੋਂ ਲੰਘਣਾ ਤਾਂ ਡੇਢ ਕਿਲੋਮੀਟਰ ਅਪਸਟ੍ਰੀਮ ਦੇ ਉੱਤੇ ਪੁਰਾਣਾ ਇੱਕ ਬੱਤੀ ਦਾ ਰਵੀ ਹੈਗਾ ਜੀ ਸੋ ਤੁਸੀਂ ਅ ਖੁਦ ਤੁਸੀਂ ਆਪ ਮੀਡੀਆ ਨਾਲ ਬੜੇ ਕਲੋਜ਼ਲੀ ਨੈਟਵਰਕ ਦੇ ਵਿੱਚ ਇਨਵੋਲਡ ਹੋ ਤੁਸੀਂ ਹੱਥ ਕੀ ਵਿਟਨੈਸ ਕਰੋਗੇ ਕਿ ਖਨੌਰੀ ਸਾਈਫਨ ਆਪਣੇ ਜਿਹੜਾ ਉਹਦਾ ਮੇਨ ਲੈਵਲ ਹੈ ਉਹਨੂੰ ਕਿਤੇ ਕ੍ਰਾਸ ਕਰ ਗਿਆ ਔਰ 32 ਦਰੇ ਦੇ 32 ਦੇ 32 ਦਰ ਇਹ ਮੈਂ ਕਹਾਂ ਵੀ ਉਹਦੇ ਜਿਹੜੀ ਸਲੇਬ ਦਾ ਸਾਡੀ ਪਾਖੜਾ ਮੇਨ ਲਾਈਨ ਦਾ ਜਿਹੜਾ ਸੌਫਟ ਲੈਵਲ ਹੈ ਉਸ ਸਲੇਬ ਨੂੰ ਟੱਚ ਕਰਕੇ ਉਹਦੇ ਹੁਣ ਫੇਸ ਦੇ ਉੱਤੇ ਵੀ ਪਾਣੀ ਸਟ੍ਰਾਈਕ ਕਰ ਰਿਹਾ ਸੜਕਾਂ ਦੇ ਉੱਪਰੋਂ ਟੱਪ ਗਿਆ ਕੱਲ ਦੇ ਸਾਡੇ ਸਾਰੇ ਅਫਸਰਾਂ ਸਾਰੇ ਮਹਿਕਮਾ ਸਾਰੇ ਉੱਥੇ ਐਡਮਿਨਿਸਟ੍ਰੇਸ਼ਨ ਖੜੀ ਹੈ ਮੈਂ ਇਹ ਗੱਲ ਦਿਲੋਂ ਕਹਿ ਰਿਹਾ ਕਿ ਸਭ ਨੇ ਅਰਦਾਸਾਂ ਕੀਤੀਆਂ ਨੇ ਕਿ ਭਾਖੜਾ ਮੇਨ ਲਾਈਨ ਦੇ ਵਿੱਚ ਪਾਣੀ ਨਾ ਗਰੇ ਨਹੀਂ ਤੇ ਇਹਦੇ ਨਾਲ ਹੋਰ ਪਹਿਲਾਂ ਵੀ ਨੁਕਸਾਨ ਬਹੁਤ ਹੋ ਰਿਹਾ ਹੈ ਹੋਰ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਇੱਕ ਗੱਲ ਮੈਂ ਵਿੱਚ ਦੱਸਣੀ ਤੁਹਾਨੂੰ ਮਿਸ ਕਰ ਗਿਆ ਕਿ ਰਾਹ ਦੇ ਵਿੱਚ ਉਹਨੇ ਹੰਸੀ ਪੁਟਾਣਾ ਵੀ ਡੈਮੇਜ ਕਰਤੀ ਉਸ ਨੂੰ ਵੀ ਉਸਨੇ ਤੋੜ ਦਿੱਤਾ ਇਹਦਾ ਮਤਲਬ ਭਾਖੜੇ ਦੇ ਫਲੋ ਦਾ ਇੰਨਾ ਕਿ ਇੰਪੈਕਟ ਸੀਗਾ ਕਿ ਉਹਨੇ ਹੰਸੀ ਪੁਟਾਣਾ ਨੂੰ ਵੀ ਆਈ ਮੈਨੋ ਡੈਮੋਲਿਸ਼ ਹੋ ਗਈ ਹੈ ਉਸ ਤੋਂ ਬਾਅਦ ਉਹ ਪਾਣੀ ਖਨੋਰੀ ਤੋਂ ਕਰਾਸ ਕੀਤਾ ਹੁਣ ਖਨੋਰੀ ਤੋਂ ਬਾਅਦ ਜਦੋਂ ਪਾਣੀ ਚੱਲੇਗਾ ਜੀ ਤਾਂ ਉਸ ਤੋਂ ਬਾਅਦ ਉਹਦਾ ਮਕਰੌਰ ਸਾਹਿਬ ਤੱਕ 22.5 ਕਿਲੋਮੀਟਰ ਚੱਲਣ ਵਾਲੇ ਸੈਕਸ਼ਨ ਹੈ ਘੱਗਰ ਦੇ ਦੋਨੋਂ ਪਾਸੇ ਬੰਨ ਬਨੇ ਹੋਏ ਨੇ ਉਹਦੀ ਇੱਕ ਮਾਡਲ ਸਟਡੀ ਹੋਈ ਸੀ ਵੀ ਇਹਦੇ ਵਿੱਚ ਮੈਕਸਿਮ ਡਿਸਾਰਜ ਕਿੰਨਾ ਪਾਸ ਹੋਏਗਾ ਉਸ ਦੇ ਅਕੋਰਡਿੰਗਲੀ ਪਾਣੀ ਉਹਦੇ ਵਿੱਚੋਂ ਲੰਘਿਆ ਪਰ ਕਿਉਂਕਿ ਪਾਣੀ ਦਾ ਇੰਪੈਕਟ ਇੰਨਾ ਜ਼ਿਆਦਾ ਸੀਗਾ ਕਿ ਉਹ ਬਿਲਕੁਲ ਨਾਲ ਲੱਗਦੇ ਬਨਾਰਸੀ ਪਿੰਡ ਦੇ ਵਿੱਚ ਵੀ ਪਾਣੀ ਉਛਲ ਗਿਆ ਮਕਰੋੜ ਸਾਹਿਬ ਦੇ ਕੋਲ ਜਾ ਕੇ ਉਹਦਾ ਡਾਊਨਸਟ੍ਰੀਮ ਦੇ ਉੱਤੇ ਚੈਨਲਾਈ ਸੈਕਸ਼ਨ ਦਾ ਕੰਮ ਖਤਮ ਹੋ ਜਾਂਦਾ ਹੈ ਇਹਦੇ ਬਾਰੇ ਸਾਡੇ ਮੂਨਕ ਦੇ ਜ਼ਿੰਮੇਵਾਰਾਂ ਦਾ ਆਲਰੇਡੀ ਸਾਡੇ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਪੰਜਾਬ ਤੇ ਹਰਿਆਣਾ ਇਸ ਦੇ ਉੱਤੇ ਫਾਈਟ ਵੀ ਕਰ ਰਹੇ ਨੇ ਇਹਦੀ ਘੱਗਰ ਦੇ ਪੂਰੀ ਬੇਸਨ ਦੀ ਮਾਡਲ ਸਟਡੀ ਵੀ ਹੋ ਚੁੱਕੀ ਹੈ ਪੂਨੇ ਸੀਡਬਲਯੂਪੀਆਰਸ ਤੋਂ ਹੋ ਚੁੱਕੀ ਹੈ ਪਰਸ਼ਾਦਾ ਵਾਲੇ ਡਿਸੀਜਨ ਲੈਣਾ ਪੈਂਡਿੰਗ ਹੈ ਡਿਸੀਜਨ ਇਹੀ ਹੈ ਕਿ ਜਿਵੇਂ ਪੰਜਾਬ ਦੀ ਮੰਗ ਇਹੀ ਹੈ ਕਿ ਜਿਵੇਂ 22.5 ਕਿਲੋਮੀਟਰ ਖਨੌਰੀ ਤੋਂ ਲੈ ਕੇ ਮਕਰੌਰ ਸਾਹਿਬ ਤੱਕ ਘੱਗਰ ਚੈਨਲਾਈਜ਼ ਕੀਤਾ ਗਿਆ 22.5 ਕਿਲੋਮੀਟਰ ਉਸੇ ਪੈਟਰਨ ਦੇ ਉੱਤੇ ਕੜੈਲ ਤੱਕ 17.5 ਕਿਲੋਮੀਟਰ ਇਹ ਦੁਬਾਰਾ ਫੇਰ ਚੈਨਲਾਈਜ਼ ਕੀਤਾ ਜਾਵੇ ਹਰਿਆਣੇ ਦੇ ਆਪਣੇ ਮੁੱਦੇ ਨੇ ਪੰਜਾਬ ਦੀ ਆਪਣੀ ਡਿਮਾਂਡ ਹੈ ਔਰ ਮੈਨੂੰ ਇਹ ਗੱਲ ਕਹਿਣੀ ਪਏਗੀ ਪੰਜਾਬ ਦੇ ਵਿੱਚ ਹਮੇਸ਼ਾ ਸਫਰ ਕਰਦਾ ਰਿਹਾ ਹੈ ਇਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਹਿੰਦੇ ਤਾਂ ਹਰਿਆਣੇ ਨੂੰ ਹਰਿਆਣੇ ਵਾਲੇ ਸਾਨੂੰ ਵੱਡਾ ਭਰਾ ਕਹਿੰਦੇ ਨੇ ਵੇ ਪੰਜਾਬ ਸਾਡਾ ਵੱਡਾ ਭਰਾ ਹੈ ਪਰ ਵੱਡਾ ਭਰਾ ਦੇ ਜਿਹੜਾ ਸਬਰ ਹੈ ਉਹਦਾ ਇਮਤਿਹਾਨ ਹੋਈ ਜਾ ਰਿਹਾ 2019 ਦੇ ਵਿੱਚ ਵੀ ਫੁੱਲਦ ਦੇ ਕੋਲ ਜਾ ਕੇ ਇੱਕ ਘੱਗਰ ਟੁੱਟਿਆ ਸੀਗਾ ਔਰ ਐਤ ਕੀ ਦੁਬਾਰਾ ਫੇਰ ਫੁੱਲਦ ਦੇ ਕੋਲ ਕਈ ਬਰੀਚਾਂ ਹੋ ਗਈਆਂ ਨੇ ਜਿਹੜਾ ਕੋਈ ਇਹਦੀ ਕੋਈ ਵਗੈਰਾ ਜਿਵੇਂ ਘੱਗਰ ਜਿਹੜਾ ਹੈਗਾ ਇਹ ਇਹਦੇ ਬੰਨ ਜਿਹੜੇ ਕਿਉਂ ਟੁੱਟਦੇ ਨੇ ਕਿਉਂਕਿ ਉਹਦਾ ਕੋਈ ਹੈਗਾ ਤੁਹਾਡੇ ਕੋਲ ਕੋਈ ਰੂਡ ਮੈਪ ਵੀ ਐ ਟੁੱਟ ਜਾਂਦੇ ਨੇ ਕੋਈ ਇਹਦਾ ਰੇਸ਼ੋ ਹੋਵੇਗੀ ਤੁਹਾਡੇ ਕੋਲੇ ਅਨ ਚੈਲੰਜ ਸੈਕਸ਼ਨ ਜਿਹੜਾ ਹੈਗਾ ਨਾ ਪੰਜੋਲੀ ਸਾਹਿਬ ਉਹ ਸਿਰਫ 52 ਫੁੱਟ ਦੇ ਵਿੱਚੋਂ ਘੱਗਰ ਲੰਘਦਾ ਹੈ ਡਿਸਚਾਰਜ ਨੇ ਏਰੀਆ ਇੰਟੂ ਵੈਲੋਸਟੀ ਬੜਾ ਸਿੰਪਲ ਜਿਹਾ ਕਿ ਸਾਡਾ ਫਾਰਮੂਲਾ ਹੈਗਾ ਏਰੀਆ ਮੀਨਸ ਸੈਕਸ਼ਨ ਵੈਲੋਸਟੀ ਮੀਨਸ ਵੈਲੋਸਟੀ ਜੇ ਸੈਕਸ਼ਨ ਘਟ ਜੇਗਾ ਵੈਲੋਸਟੀ ਵਧ ਜੇਗੀ ਜੇ ਸੈਕਸ਼ਨ ਚੌੜਾ ਹੋ ਜਾਏਗਾ ਵੈਲੋਸਟੀ ਘਟ ਜੇਗੀ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਕਿਉਂਕਿ ਸੈਕਸ਼ਨ ਚੌੜਾ ਹੈ ਉੱਥੇ ਵੈਲੋਸਟੀ ਨਾਰਮਲ ਹੈ ਜਦੋਂ ਹੀ ਮਕਰੋੜ ਸਾਹਿਬ ਨੂੰ ਪਾਣੀ ਕਰਾਸ ਕਰਦਾ ਕਿੱਥੇ ਤੋਂ ਨੇ 588 ਫੁੱਟ ਦੇ ਵਿੱਚੋਂ ਸੈਕਸ਼ਨ ਚੋਂ ਪਾਣੀ ਨੇ ਲੰਘ ਕੇ ਆਣਾ ਕਿੱਥੇ ਉਹਨੇ ਸਿਰਫ 52 ਫੁੱਟ 'ਚ ਰਹਿ ਜਾਣਾ ਹੈ ਤੇ ਪਾਣੀ ਦੀ ਵੈਲੋਸਿਟੀ ਬਹੁਤ ਵੱਜ ਜਾਂਦੀ ਹੈ ਉਹਦਾ ਹੀ ਇਹ ਨਤੀਜਾ ਹੈ ਕਿ ਪਾਣੀ ਨੇ ਕਈ ਥਾਵਾਂ ਤੇ ਮਾਰ ਮਾਰੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਉੱਥੇ ਜਾ ਕੇ ਖੱਗਰ ਬڑے ਵਿੰਗਾ ਦੇ ਵਿੱਚੋਂ ਲੰਘ ਕੇ ਜਾਂਦਾ ਹੈ ਜਦੋਂ ਚੈਨਲਾਈਜ਼ ਹੋਏਗਾ ਲੈਂਡ ਅਕਵਾਇਰ ਹੋਏਗੀ ਤਾਂ ਖੱਗਰ ਵੀ ਸਿੱਧਾ ਹੋਏਗਾ ਕਿਉਂਕਿ ਅਪਸਟ੍ਰੀਮ ਦੇ ਉੱਤੇ ਤਾਂ ਖੱਗਰ ਬਹੁਤ ਸਿੱਧਾ ਹੈ ਪਰ ਡਾਊਨਸਟ੍ਰੀਮ ਦੇ ਉੱਤੇ ਉਹਦੇ ਬਹੁਤ ਮੈਂਡਰਿੰਗ ਇਫੈਕਟ ਹੈ ਬਹੁਤ ਘੁੰਮ ਫਿਰ ਕੇ ਖੱਗਰ ਜਾਂਦਾ ਹੈ ਜਿੰਨਾ ਘੁਮੇਗਾ ਓਨੀ ਉਹਦੀ ਵੈਲੋਸਿਟੀ ਜਿਹੜੀ ਹੈ ਉਸ ਨੂੰ ਜਿਹੜਾ ਵੀਕ ਪੁਆਇੰਟ ਮਿਲੇਗਾ ਉੱਥੇ ਡੈਮੇਜ ਕਰ ਸਕਦਾ ਹੈ ਦੱਸ ਰਹੇ ਸੀ ਵੀ 10 ਸਾਲ ਬਾਅਦ ਟੁੱਟਦਾ ਹੁੰਦਾ ਇਹ ਬਣਨ ਦੀ ਗੱਲ ਕਰ ਰਹੇ ਸੀ ਤੁਸੀਂ ਇਹ ਸਾਡੇ ਅਕਸਰ ਡਿਪਾਰਟਮੈਂਟ ਚ ਕਿਹਾ ਜਾਂਦਾ ਵੀ ਇੱਕ ਅਗਰ 10 ਸਾਲ ਬਾਅਦ ਜ਼ਰੂਰ ਇੱਕ ਵਾਰੀ ਨੁਕਸਾਨ ਕਰਦਾ ਹੈ ਪਰ ਐਤ ਕੀ ਮੈਨੂੰ ਬੜੇ ਅਫਸੋਸ ਨਾਲ ਕਹਿ ਰਿਹਾ ਪਿਆ ਰਿਹਾ ਹੈ ਸ਼ਾਇਦ ਹਰਿਆਣੇ ਵਾਲੇ ਅਫਸਰਾਂ ਤੱਕ ਗੱਲ ਪਹੁੰਚੇ ਐਡਮਿਨਿਸਟ੍ਰੇਸ਼ਨ ਤੱਕ ਗੱਲ ਪਹੁੰਚੇ ਸਾਡੇ ਸੁਪਰੀਮ ਕੋਰਟ ਤੱਕ ਗੱਲ ਪਹੁੰਚੇ ਕਿ ਕੀ ਮੌਨਿਕ ਦੇ ਜ਼ਿੰਮੇਦਾਰ ਫਲੱਡ ਲਈ ਹੀ ਬੈਠੇ ਨੇ 2019 ਦੇ ਹਾਲੇ ਉਹਨਾਂ ਦੇ ਜ਼ਖਮ ਨਹੀਂ ਭਰੇ ਹੋਣੇ ਤੇ 2023 ਦੇ ਵਿੱਚ ਦੁਬਾਰਾ ਫਿਰ ਫਲੱਡ ਆ ਗਿਆ ਔਰ ਐਤਕੀ ਉਹ 1993 ਦੇ ਸਾਰੇ ਰਿਕਾਰਡ ਤੋੜ ਕੇ ਪਾਣੀ ਆਇਆ ਸੋ ਇਹ ਮੈਨੂੰ ਲੱਗਦਾ ਵੀ ਇਹ ਇੱਕ ਗੱਲ ਸੋਚਣ ਵਾਲੀ ਹੈ ਸਾਨੂੰ ਸਾਰਿਆਂ ਨੂੰ ਬੈਠ ਕੇ ਇਹਦੇ ਉੱਤੇ ਵਿਚਾਰ ਕਰਕੇ ਇਹਦੇ ਉੱਤੇ ਡਿਸੀਜਨ ਲੈਣ ਦੀ ਲੋੜ ਹੈ ਜਦੋਂ ਅਸੀਂ ਮਕਰੋੜ ਸਾਹਿਬ ਕਵਰ ਕਰ ਰਹੇ ਸੀ ਤਾਂ ਉੱਥੇ ਲੋਕ ਕਹਿ ਰਹੇ ਸੀ ਵੀ ਹਰ ਸਾਲ ਜਿਹੜਾ ਉਹ ਮੂਨ ਕਾਲੀ ਸਾਈਡ ਤੋਂ ਟੁੱਟਦਾ ਤੇ ਐਤਕੀ ਉਹ ਕਹਿ ਰਹੇ ਸੀ ਹਰਿਆਣੇ ਵਾਲੀ ਸਾਈਡ ਤੋਂ ਵੀ ਜਿਹੜਾ ਬੰਨ ਟੁੱਟਿਆ ਦੇਖੋ ਪਾਣੀ ਦੇ ਬਿਹੇਵੀਅਰ ਨੂੰ ਜੱਜ ਕਰਨਾ ਬਹੁਤ ਔਖਾ ਜੀ ਮੈਂ ਦੱਸਾਂ ਜਿਹੜੀ ਗੱਲ ਤੁਸੀਂ ਕੀਤੀ ਹੈ ਪੰਜਾਲੀ ਸਾਹਿਬ 2019 ਦੇ ਵਿੱਚ ਸੱਜੇ ਪਾਸੇ ਬੰਨ ਟੁੱਟਿਆ ਸੀਗਾ ਐਤਕੀ ਖੱਬੇ ਪਾਸੇ ਬੰਨ ਟੁੱਟ ਗਿਆ ਔਰ ਉਹ ਮਕਰੋੜ ਸਾਹਿਬ ਦੇ ਆਬਾਦੀ ਚ ਟੁੱਟਿਆ ਮੈਂ ਤਾਂ ਉਸ ਆਬਾਦੀ ਦੇ ਵਿੱਚ ਵਿਚਰਿਆ ਹੋਇਆ ਰਿਆਂ ਹੋਇਆ ਤੇ ਮੈਂ ਅੰਦਾਜ਼ਾ ਲਗਾ ਸਕਦਾ ਵੀ ਉਹ ਹੁਣ ਪਰਿਵਾਰ ਕਿੰਨੇ ਮੁਸ਼ਕਲ ਚ ਹੋਣਗੇ ਫਿਰ ਇਹ ਤਾਂ ਅੱਗੇ ਪਾਣੀ ਕਿੱਥੇ ਜਾਂਦਾ ਜੇ ਮਕਰੋੜ ਸਾਹਿਬ ਵਾਲਾ ਜਿਹੜਾ ਪਾਰ ਕਰਕੇ ਗਿਆ ਕਿੱਥੇ ਤੱਕ ਜਾਂਦਾ ਉਹ ਵੀ ਦਰਸ਼ਕਾਂ ਦਾ ਕਲੀਅਰ ਹੋ ਜਾਏ ਕਿਉਂਕਿ ਹੁਣ ਮੂਨਕ ਤੋਂ ਅੱਗੇ ਲਹਿਰਗਾ ਕਾਲੀ ਦੀ ਗੱਲਾਂ ਸ਼ੁਰੂ ਹੋ ਗਈਆਂ ਕਿ ਉਧਰ ਵੀ ਪਾਣੀ ਜਾ ਰਿਹਾ ਹੈ ਨੇ ਮੂਨਕ ਤੋਂ ਬਾਅਦ ਇਹ ਸਾਡਾ ਪਾਣੀ ਕੜੈਲ ਤੱਕ ਸਾਡੀ ਪੰਜਾਬ ਦੀ ਰੀਚ ਹੈ ਉਸ ਤੋਂ ਬਾਅਦ ਇਹ ਹਰਿਆਣਾ ਚੈਂਟਰ ਕਰ ਜਾਂਦਾ ਹੈ ਉਸ ਤੋਂ ਬਾਅਦ ਥੋੜਾ ਜਿਹਾ ਪੋਰਸ਼ਨ ਸਾਡਾ ਸਰਦੂਲਗੜ ਦਾ ਹੈਗਾ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਕੱਗਰ ਖਤਮ ਹੋ ਜਾਂਦਾ ਹੈ